ਸੁਖਪਾਲ ਖਹਿਰਾ ਦੀ ਦੁਬਾਰਾ ਗ੍ਰਿਫਤਾਰੀ ਅਜੇ ਚਰਚਾ ਦਾ ਵਿਸ਼ਾ ਸੀ ਕਿ ਉਸੇ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਗਈ। ਆਊਟ ਆਫ ਦ ਬਲੂ ਇਹ ਦਾਅਵਾ ਕਰ ਦਿੱਤਾ ਗਿਆ ਕਾਂਗਰਸੀ ਲੀਡਰਾਂ ਵੱਲੋਂ ਕਿ ਸੁਖਪਾਲ ਖਹਿਰਾ ਦੀ ਜਾਨ ਨੂੰ ਖਤਰਾ ਹੈ। ਨਾਮੀ ਗੈਂਗਸਟਰ ਜਿਸ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ, ਭਾਰਤ ਸਰਕਾਰ ਦੇ ਵੱਲੋਂ, ਜਾਣਕਾਰੀ ਮੁਤਾਬਕ ਉਸ ਅਰਸ਼ਦੀਪ ਲੰਡਾ ਵੱਲੋਂ ਸੁਖਪਾਲ ਖਹਿਰਾ ਦੀ ਜਾਨ ਨੂੰ ਖਤਰਾ ਹੈ। ਜੇਲ੍ਹ ਦੇ ਅੰਦਰ ਸੁਖਪਾਲ ਖਹਿਰਾ ਔਰ ਸੁਖਪਾਲ ਖਹਿਰਾ ਨੂੰ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਮੀ ਗੈਂਗਸਟਰ ਅਤੇ ਭਾਰਤ ਵੱਲੋਂ ਅੱਤਵਾਦੀ ਐਲਾਨੇ ਅਰਸ਼ਦੀਪ ਲੰਡਾ ਨੇ ਸੁਖਪਾਲ ਖਹਿਰਾ ਨੂੰ ਧਮਕੀ ਦਿੱਤੀ ਹੈ। ਸੁਖਪਾਲ ਖਹਿਰਾ ਨੂੰ ਅਰਸ਼ਦੀਪ ਲੰਡਾ ਕੋਲੋਂ ਜਾਨੀ ਖਤਰਾ ਹੈਗਾ ਆ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਲੀਡਰ ਵੱਡੇ ਪੱਧਰ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਨੇ, ਭਾਵੇਂ ਉਹ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਹੋਣ, ਭਾਵੇਂ ਉਹ PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ। ਇਹਨਾਂ ਦਾ ਸਾਫ਼ ਦਾਅਵਾ ਆ ਕਿ ਇਸ ਮਾਮਲੇ ਬਾਰੇ ADGP ਪੰਜਾਬ ਨੂੰ ਪਹਿਲਾਂ ਹੀ ਜਾਣਕਾਰੀ ਸੀ ਔਰ ਨਾਲ ਦੀ ਨਾਲ ਬਾਕੀ ਪ੍ਰਸ਼ਾਸਨ ਵੀ ਇਹ ਸਭ ਜਾਣਦਾ ਸੀ, ਪਰ ਅਜੇ ਤੱਕ ਇਸ ਬਾਰੇ ਕੋਈ ਵੀ ਪੁਖਤਾ ਐਕਸ਼ਨ ਨਹੀਂ ਲਿਆ ਗਿਆ ਔਰ ਸੁਖਪਾਲ ਖਹਿਰਾ ਦੀ ਜਾਨ ਨੂੰ ਵੱਡੇ ਪੱਧਰ 'ਤੇ ਖਤਰਾ ਦੱਸਿਆ ਜਾ ਰਿਹਾ ਕਾਂਗਰਸੀ ਲੀਡਰਾਂ ਵੱਲੋਂ। ਜੇਲ੍ਹ ਦੇ ਅੰਦਰ ਸੁਖਪਾਲ ਖਹਿਰਾ ਦਰਅਸਲ ਸਪਤੰਬਰ ਮਹੀਨੇ ਦੇ ਵਿੱਚ ਲੰਘੇ ਸਾਲ ਗ੍ਰਿਫਤਾਰ ਹੁੰਦੇ ਨੇ NDPS ਐਕਟ ਦੇ ਮਾਮਲੇ ਦੇ ਵਿੱਚ, ਜਦੋਂ ਰਿਹਾਈ ਮਿਲਦੀ ਹੈ, ਜਦੋਂ ਉਹਨਾਂ ਦੀ ਬੇਲ ਅਸੈਪਟ ਕੀਤੀ ਜਾਂਦੀ ਹੈ ਅਤੇ ਰਿਹਾਅ ਹੋਣ ਦੇ ਫੌਰੀ ਬਾਅਦ ਯਾਨੀ ਕਿ ਅੱਧੇ ਘੰਟੇ ਦੇ ਅੰਦਰ ਅੰਦਰ ਦੁਬਾਰਾ ਗ੍ਰਿਫਤਾਰ ਕਰ ਲਏ ਜਾਂਦੇ ਨੇ। ਔਰ ਹੁਣ ਸੁਭਾਨਪੁਰ ਜੇਲ੍ਹ ਦੇ ਵਿੱਚ ਸੁਖਪਾਲ ਖਹਿਰਾ ਦਰਅਸਲ ਬੰਦ ਨੇ, ਯਾਨੀ ਕਿ ਜੇਲ੍ਹ ਬੰਦ ਨੇ, ਗ੍ਰਿਫਤਾਰ ਨੇ। ਉਸੇ ਨੂੰ ਲੈ ਕੇ ਇੱਕ ਪਾਸੇ ਤਾਂ ਚਰਚਾਵਾਂ ਚੱਲ ਰਹੀਆਂ ਸੀ ਕਿ ਆਖਿਰ ਇਕਦਮ ਹੀ ਗ੍ਰਿਫਤਾਰ ਕਿਉਂ ਕਰ ਲਿਆ ਔਰ ਨਾਲ ਹੀ ਨਾਲ ਰਿਮਾਂਡ ਲੈ ਲਿਆ ਗਿਆ, ਹੁਣ ਦੂਜੇ ਪਾਸੇ ਚਰਚਾਵਾਂ ਦੂਜੇ ਪੱਧਰ 'ਤੇ ਛਿੜ ਗਈਆਂ ਨੇ। ਦਰਅਸਲ ਸੁਖਪਾਲ ਖਹਿਰਾ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ। ਕਾਂਗਰਸ ਲੀਡਰਾਂ ਦਾ ਦਾਅਵਾ ਆ ਕਿ ਸੁਖਪਾਲ ਖਹਿਰਾ ਨੂੰ ਕੁਖਿਆਤ ਗੈਂਗਸਟਰ ਅਤੇ ਅੱਤਵਾਦੀ ਅਰਸ਼ਦੀਪ ਲੰਡਾ ਦੇ ਕੋਲੋਂ ਜਾਨੀ ਖਤਰਾ ਹੈਗਾ ਆ, ਔਰ ਨਾਲੋਂ ਨਾਲ ਇਹ ਵੀ ਕਿਹਾ ਗਿਆ ਕਿ ਸੁਖਪਾਲ ਖਹਿਰਾ ਦੇ ਪਰਿਵਾਰ ਨੂੰ ਵੀ ਇਸ ਦੇ ਕੋਲੋਂ ਖਤਰਾ ਹੈਗਾ ਆ। ਇਹ ਦਾਅਵਾ ਕਾਂਗਰਸ ਦੇ ਪੰਜਾਬ ਦੇ ਲੀਡਰ ਕਰਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਿਲ ਨੇ। ਇਹਨਾਂ ਦੋਵਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਇਸ ਮਾਮਲੇ ਨੂੰ ਉਭਾਰਿਆ ਗਿਆ। ਟਵੀਟ ਵੀ ਕੀਤਾ ਇਹਨਾਂ ਦੋਵਾਂ ਨੇ ਕਿ ਜੇ ਸੁਖਪਾਲ ਖਹਿਰਾ ਦੀ ਜਾਨ ਨੂੰ ਖਤਰਾ ਹੁੰਦਾ ਜਾਂ ਸੁਖਪਾਲ ਖਹਿਰਾ ਨੂੰ ਕੁਝ ਵੀ ਹੁੰਦਾ, ਉਸ ਦੇ ਸਿੱਧੇ ਜ਼ਿੰਮੇਵਾਰ CM ਭਗਵੰਤ ਮਾਨ ਅਤੇ DGP ਪੰਜਾਬ ਗੌਰਵ ਯਾਦਵ ਹੋਣਗੇ। ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਆਪਣੇ ਟਵੀਟਸ ਦੇ ਵਿੱਚ ਜ਼ਾਹਰ ਕੀਤਾ ਆ, ਔਰ ਨਾਲ ਦੀ ਨਾਲ ਇਸ ਬਾਰੇ ਸੁਖਪਾਲ ਖਹਿਰਾ ਦੇ ਬੇਟੇ ਵੱਲੋਂ ਵੀ ਇਸ ਮਾਮਲੇ ਨੂੰ ਉਭਾਰਿਆ ਗਿਆ। ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਜਾਨੀ ਖਤਰਾ ਆ ਕੁਖਿਆਤ ਗੈਂਗਸਟਰ ਅਤੇ ਭਾਰਤ ਵੱਲੋਂ ਐਲਾਨੇ ਅੱਤਵਾਦੀ ਅਰਸ਼ਦੀਪ ਲੰਡਾ ਦੇ ਵੱਲੋਂ ਧਮਕੀ ਮਿਲੀ ਹੈ। ਸਾਫ਼ ਤੌਰ 'ਤੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਜੇ ਸੁਖਪਾਲ ਖਹਿਰਾ ਨੂੰ ਕੁਝ ਹੁੰਦਾ ਤਾਂ ਉਸਦੀ ਸਿੱਧੀ ਜ਼ਿੰਮੇਵਾਰੀ CM ਭਗਵੰਤ ਮਾਨ ਅਤੇ DGP ਪੰਜਾਬ ਗੌਰਵ ਯਾਦਵ ਦੀ ਹੋਵੇਗੀ। ਕਾਂਗਰਸੀ ਲੀਡਰਾਂ ਦਾ ਇਹ ਦਾਅਵਾ ਆ ਕਿ CM ਭਗਵੰਤ ਮਾਨ ਇਹ ਜਾਣਦੇ ਹੋਏ ਵੀ ਸੁਖਪਾਲ ਖਹਿਰਾ ਦੀ ਸਹਾਇਤਾ ਵਾਸਤੇ, ਮਦਦ ਵਾਸਤੇ, ਉਹਨਾਂ ਦੀ ਜਾਨ ਬਚਾਉਣ ਵਾਸਤੇ ਕੁਝ ਵੀ ਨਹੀਂ ਕਰ ਰਹੇ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਜਿਹੜਾ ਉਹ CM ਭਗਵੰਤ ਮਾਨ 'ਤੇ ਲਗਾਇਆ। ਖੈਰ, ਇਸ ਮਾਮਲੇ ਨੂੰ ਲੈ ਕੇ ਪੁਖਤਾ ਸਬੂਤ ਆਉਣੇ ਅਜੇ ਬਾਕੀ ਨੇ। ਸੁਖਪਾਲ ਖਹਿਰਾ ਦੀ ਜਾਨ ਨੂੰ ਖਤਰਾ ਕਿ ਨਹੀਂ, ਇਸ ਉੱਤੇ ਕਾਂਗਰਸ ਦੇ ਲੀਡਰਾਂ ਨੇ ਸਾਫ਼ ਤੌਰ ਦੇ ਉੱਤੇ ਦਾਅਵਾ ਕੀਤਾ। ਉਹਨਾਂ ਦਾ ਕਹਿਣਾ ਆ ਕਿ ਪ੍ਰਸ਼ਾਸਨ ਵੀ ਇਹ ਗੱਲ ਜਾਣਦਾ ਆ ਔਰ ਕਾਫ਼ੀ ਦੇਰ ਤੋਂ ਜਾਣਦਾ ਆ ਕਿ ਸੁਖਪਾਲ ਖਹਿਰਾ ਦੀ ਜਾਨ ਨੂੰ ਇਸ ਗੈਂਗਸਟਰ ਅਤੇ ਭਾਰਤ ਵੱਲੋਂ ਲੜਾਣੇ ਅੱਤਵਾਦੀ ਦੇ ਵੱਲੋਂ ਖਤਰਾ ਹੈਗਾ ਆ, ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਦੀ ਮਦਦ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਔਰ ਸਾਫ਼ ਤੌਰ 'ਤੇ ਕਿਹਾ ਕਿ ਜੇ ਕੁਝ ਵੀ ਹੁੰਦਾ ਆ ਤਾਂ ਇਸ ਦੀ ਜ਼ਿੰਮੇਵਾਰੀ CM ਭਗਵੰਤ ਮਾਨ ਅਤੇ DGP ਪੰਜਾਬ ਗੌਰਵ ਯਾਦਵ ਦੀ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਏਗਾ ਉਹ ਤੁਹਾਨੂੰ ਦੱਸਦੇ ਰਹਾਂਗੇ। ਖੈਰ, ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।